ਕਰਾਂ, ਇਹ ਜਿਹੜੀ ਚਾਈਨਾ ਡੋਰ ਪਲਾਸਟਿਕ ਦੀ ਜਿਹੜੀ ਡੋਰ ਹੁੰਦੀ ਹੈ ਪਤੰਗਾਂ ਵਾਸਤੇ, ਇਹਦੇ ਪ੍ਰਯੋਗ ਜੋ ਕਾਰਨ ਪਤੰਗਾਂ ਜਿਹੜੇ ਬੱਚੇ ਉਡਾਉਂਦੇ ਹੈ ਚਾਈਨਾ ਡੋਰ ਦੇ ਯੂਜ਼ ਕਾਰਨ ਕਾਫੀ ਜਾਨੀ ਨੁਕਸਾਨ ਹੋ ਰਿਹਾ ਹੈ। ਇੱਕ ਛੋਟੇ ਜਿਹੇ ਬੱਚੇ ਦੀ ਨੱਖ 'ਤੇ ਜਿਹੜੀ ਇੰਜਰੀ ਦੀ ਜਿਹੜੀ ਫੋਟੋ, ਚਾਈਨਾ ਡੋਰ ਦਾ ਪ੍ਰਯੋਗ ਅਤੇ ਖਰੀਦ ਹੈ ਨਾ ਅਤੇ ਸਟੋਰ ਕਰਨ 'ਤੇ ਰੋਕ ਲਾਈ ਗਈ ਹੈ। ਅਤੇ ਜੋ ਵੀ ਵਪਾਰੀ ਇਸ ਚਾਈਨਾ ਡੋਰ ਦਾ ਵਪਾਰ ਕਰੂਗਾ ਉਸ ਦੇ ਖਿਲਾਫ ਸੈਕਸ਼ਨ 188 ਦੇ ਵਿੱਚ ਕਾਰਵਾਈ ਕੀਤੀ ਜਾਵੇਗੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿਛਲੇ ਕੁਛ ਰੋਜ਼ ਇਹ ਖਬਰਾਂ ਅਖਬਾਰਾਂ 'ਚ ਵੀ ਲੱਗੀਆਂ ਅਤੇ ਸਾਰਿਆਂ ਨੂੰ ਪਤਾ ਕਿ ਕਿਸ ਤਰ੍ਹਾਂ ਇਹ ਜਿਹੜੀ ਚਾਈਨਾ ਡੋਰ ਪਲਾਸਟਿਕ ਦੀ ਜਿਹੜੀ ਡੋਰ ਹੁੰਦੀ ਹੈ ਪਤੰਗਾਂ ਵਾਸਤੇ, ਇਹਦੇ ਪ੍ਰਯੋਗ ਜੋ ਕਾਰਨ ਪਤੰਗਾਂ ਜਿਹੜੇ ਬੱਚੇ ਉਡਾਉਂਦੇ ਹੈ ਚਾਈਨਾ ਡੋਰ ਦੇ ਯੂਜ਼ ਕਾਰਨ ਕਾਫੀ ਜਾਨੀ ਨੁਕਸਾਨ ਹੋ ਰਿਹਾ ਹੈ। ਇੱਕ ਛੋਟੇ ਜਿਹੇ ਬੱਚੇ ਦੀ ਨੱਖ 'ਤੇ ਜਿਹੜੀ ਇੰਜਰੀ ਦੀ ਜਿਹੜੀ ਫੋਟੋ ਮੇਰੇ ਕੋਲ ਆਈ ਹੈ ਉਹਦੇ ਨਾਲ ਬਹੁਤ ਮੈਨੂੰ ਬੁਰਾ ਲੱਗਿਆ, ਇੱਕ ਸਦਮਾ ਜਿਹਾ ਪੁੱਜਿਆ ਅਤੇ ਮੈਨੂੰ ਲੱਗਦਾ ਕਿ ਸਾਰੇ ਦਸੂਆ ਵਾਸੀ ਅਤੇ ਟਾਂਡਾ ਵਾਸੀ ਲਈ ਬਹੁਤ ਮਾੜੀ ਗੱਲ ਹੈ ਕਿ ਇੱਦਾਂ ਦੇ ਪਲਾਸਟਿਕ ਦੇ ਜਿਹੜੇ ਡੋਰੇ ਨੇ, ਚਾਈਨਾ ਡੋਰਾ ਜਿਹਨੂੰ ਚਾਈਨਾ ਦੇ ਡੋਰੇ ਕਹਿੰਦੇ ਜਿਹਨਾਂ ਨੂੰ, ਉਹਨਾਂ ਦੇ ਪ੍ਰਯੋਗ ਕਾਰਨ ਇੱਕ ਨੁਕਸਾਨ ਜਿਹਾ ਹੋ ਰਿਹਾ ਹੈ ਅਤੇ ਸਾਰਿਆਂ ਨੂੰ ਇੱਕ ਖਤਰਾ ਹੈ। ਅਤੇ ਇਹਦੇ ਪ੍ਰਯੋਗ ਨਾਲ ਸਾਰਿਆਂ ਨੂੰ ਖਤਰਾ, ਤੁਸੀਂ ਲੰਘਦੇ ਹੋਏ ਕਦੇ ਵੀ ਇਹ ਡੋਰਾ ਤੁਹਾਨੂੰ ਨੁਕਸਾਨ ਕਰ ਸਕਦਾ ਹੈ। ਅਤੇ ਇਹ ਮੇਰੀ ਇੱਕ ਅਪੀਲ ਹੈ ਜਿੰਨੇ ਵੀ ਦੇਖੋ ਪਰਿਵਾਰ ਨੇ ਸਾਰਿਆਂ ਦੇ ਬੱਚੇ, ਹੁਣ ਪਤੰਗ ਬਚਪਨ ਦੇ ਵਿੱਚ ਬਹੁਤ ਇੱਕ ਇੰਪੋਰਟੈਂਟ ਇੱਕ ਖੇਡ ਹੁੰਦਾ, ਸਾਰੇ ਕ੍ਰੀੜਾ ਕਰਦੇ ਹੈ, ਖੇਡਦੇ ਹੁੰਦੇ ਹੈ, ਇੱਕ ਤਰੀਕੇ ਨਾਲ ਫੈਸਟੀਵਲ ਨੂੰ ਮਨਾਉਂਦੇ ਹੈਗੇ, ਬਟ ਇਹਦਾ ਧਿਆਨ ਜ਼ਰੂਰ ਆਪਣੇ ਬੱਚਿਆਂ ਵੱਲ ਦਿਓ ਕਿ ਇਹ ਜਿਹੜੀ ਡੋਰ ਹੈ ਚਾਈਨਾ ਡੋਰ, ਇਹਦੇ ਨਾਲ ਬਹੁਤ ਖਤਰਾ ਹੈ ਦੂਜਿਆਂ ਨੂੰ, ਬਹੁਤ ਖਤਰਾ ਹੈ, ਅਤੇ ਜ਼ਰੂਰ ਆਪਾਂ ਧਿਆਨ ਦੇਈਏ। ਲੀਗਲੀ ਇਹਦੇ ਜੇਕਰ ਗੱਲ ਕਰੀਏ ਆਪਾਂ, ਤਾਂ ਮਾਨਯੋਗ DC ਹੁਸ਼ਿਆਰਪੁਰ ਮੈਡਮ ਦਾ ਇੱਕ 144 ਧਾਰਾ 144 ਜਿਹਦੇ ਵਿੱਚ ਇਹ ਹਦਾਇਤ ਕੀਤੀ ਗਈ ਸੀਗੀ ਕਿ ਚਾਈਨਾ ਡੋਰ ਦਾ ਪ੍ਰਯੋਗ ਅਤੇ ਖਰੀਦ ਹੈ ਨਾ ਅਤੇ ਸਟੋਰ ਕਰਨ 'ਤੇ ਰੋਕ ਲਾਈ ਗਈ ਹੈ। ਅਤੇ ਜੋ ਵੀ ਵਪਾਰੀ ਇਸ ਚਾਈਨਾ ਡੋਰ ਦਾ ਵਪਾਰ ਕਰੂਗਾ ਉਸ ਦੇ ਖਿਲਾਫ ਸੈਕਸ਼ਨ 188 ਦੇ ਵਿੱਚ ਕਾਰਵਾਈ ਕੀਤੀ ਜਾਵੇਗੀ। ਇਸ ਪਲੈਟਫਾਰਮ ਦਾ ਮੈਂ ਇਹ ਪ੍ਰਯੋਗ ਕਰਨਾ ਚਾਹੁੰਦਾ ਕਿ ਸਾਰਿਆਂ ਨੂੰ ਇਹ ਦੱਸ ਸਕਣ ਕਿ 144 ਦਾ ਆਰਡਰ ਇਹ ਜਾਰੀ ਹੋ ਚੁੱਕਿਆ ਹੈਗਾ, ਅਤੇ ਸਾਰਿਆਂ ਵੱਲੋਂ ਮੈਂ ਇਹ ਸਹਿਯੋਗ ਚਾਹੁੰਦਾ। ਅਤੇ ਖਾਸ ਕਰ ਦੇਖੋ ਡਿਮਾਂਡ ਇਹਦੀ ਹੈਗੀ ਤਾਂ ਕਰਕੇ ਵਪਾਰੀ ਇਹਨੂੰ ਵੇਚਦੇ ਹੈ, ਅਤੇ ਮੈਂ ਇਹੀ ਅਪੀਲ ਕਰ ਰਿਹਾ ਕਿ ਆਪਾਂ ਡਿਮਾਂਡ ਨੂੰ ਰੋਕੀਏ, ਵੱਧ ਤੋਂ ਵੱਧ ਇਹਦੀ ਅਵੇਅਰਨੈਸ ਕਰੀਏ ਅਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੀਜੀਏ ਕਿ ਆਪਾਂ ਇਸ ਇੱਕ ਜਿਹੜੀ ਮਾੜੀ ਯੂਨੋ ਗੱਲ ਹੋਈ ਹੈ ਇਸ 'ਤੇ ਨੱਥੀ ਆਪਾਂ ਪਾ ਸਕੀਏ ਜਲਦੀ ਤੋਂ ਜਲਦੀ। ਧੰਨਵਾਦ। ਤੁਹਾਡੀ ਆਪਣੀ ਭਰੋਸੇਮੰਦ ਅਕੈਡਮੀ ਈ ਪਲੈਨਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਆ, ਜਿੱਥੇ ਆਇਲਸ ਅਤੇ PTE ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟੱਡੀ ਤੇ ਵਿਜ਼ਿਟਰ ਵੀਜ਼ਾ। ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ।